वेलकम टू खन्ना न्यूज़ लाइव 1 सितंबर को कोरोना रिपोर्ट मुताबिक आज खन्ना शहर विच 25 ਵਿਅਕਤੀਆਂ दी रिपोर्ट ਕਰੋਨਾ ਪੋਜ਼ੀਟਿਵ ਆਈ ਹੈ ਜਦੋਂ ਕਿ ਅੱਜ 344 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ ਹੈ ਹਸਪਤਾਲ ਦੇ ਐਸਐਮਓ ਡਾਕਟਰ ਜਿੰਦਰ ਗੁਲਾਟੀ ਨੇ ਦੱਸਿਆ ਕਿ ਰੂਰਲ ਏਰੀਆ ਤੋਂ 30 ਸਾਲਾ ਮੇਲ ਪੱਟੀਆਂ ਤੋਂ 20 ਸਾਲਾ ਮੇਲ ਅਤੇ 16 ਸਾਲਾ ਫੀਮੇਲ ਲੁਧਿਆਣਾ ਸਿਟੀ ਤੋਂ 50 ਸਾਲਾ ਫੀਮੇਲ ਦੀ ਰਿਪੋਰਟ ਕਰੋਨਾ ਪੋਜ਼ੀਟਿਵ ਆਈ ਹੈ ਇਸ ਤੋਂ ਇਲਾਵਾ ਅਦਰ ਡਿਸਟ੍ਰਿਕਟ ਤੋਂ 41 ਸਾਲਾ 20 ਸਾਲਾ ਮੇਲ ਤੇ 45 ਸਾਲਾ ਫੀਮੇਲ ਅਦਰ ਸਟੇਟ ਤੋਂ ਵੀ 28 ਸਾਲਾ ਮੇਲ ਅਤੇ 23 ਸਾਲਾ ਫੀਮੇਲ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ। ਖੰਨਾ ਸ਼ਹਿਰ ਵਿੱਚ ਗੁਲਮੋਹਰ ਨਗਰ ਤੋਂ 58 ਸਾਲਾ ਫੀਮੇਲ, ਬੈਂਕ ਕਲੋਨੀ ਤੋਂ 61 ਸਾਲਾ ਮੇਲ, ਗੁਰੂ ਹਰਕ੍ਰਿਸ਼ਨ ਨਗਰ ਤੋਂ 88 ਸਾਲਾ ਤੇ 35 ਸਾਲਾ ਫੀਮੇਲ, 35 ਸਾਲਾ ਮੇਲ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਆਈ ਹੈ। ਅੰਬੇਦਕਰ ਕਲੋਨੀ ਤੋਂ 38 ਸਾਲਾ ਮੇਲ, ਰੇਲਵੇ ਸਟੇਸ਼ਨ ਦੇ ਨੇੜੇੋਂ 75 ਸਾਲਾ ਮੇਲ, ਨਰੋত্তম ਨਗਰ ਤੋਂ 34 ਸਾਲਾ ਮੇਲ, 38 ਸਾਲਾ ਫੀਮੇਲ ਅਤੇ 10 ਸਾਲਾਂ ਅਤੇ 5 ਸਾਲਾਂ ਲੜਕੀ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ। ਸੁਪਨਗਰ ਤੋਂ 40 ਸਾਲਾ ਮੇਲ, ਉੱਤਮਨਗਰ ਤੋਂ 42 ਸਾਲਾ, ਰਾਮਨਗਰ ਤੋਂ 31 ਸਾਲਾ ਮੇਲ, ਮਾਡਲ ਟਾਊਨ ਤੋਂ 32 ਸਾਲਾ ਮੇਲ ਦੀ ਰਿਪੋਰਟ ਕਰੋਨਾ ਪੋਜ਼ਿਟਿਵ ਆਈ ਹੈ। ਇਸ ਤੋਂ ਇਲਾਵਾ ਖੰਨਾ ਖੁਰ ਦੇ ਵਿੱਚ 48 ਸਾਲਾ ਮੇਲ ਨੇ ਕਰੋਨਾ ਮਹਾਮਾਰੀ ਦੇ ਚੱਲਦਿਆਂ ਲੁਧਿਆਣਾ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ।